ਤੇਰਾ ਲਾਟੂ ਸੋ ਵਾਟ ਦਾ ਮੈਂ ਲਾਟੂ। ਇਹ ਗਾਣਾ ਤਾਂ ਸਭ ਨੇ ਸੁਣਿਆ ਹੀ ਹੋਣਾ ਅਤੇ ਹੁਣ ਤੁਸੀਂ ਜਲਦ ਹੀ ਪੰਜਾਬੀ ਮੂਵੀ ਲਾਟੂ ਨਾਲ ਲੋਟਪੋਟ ਹੋਣ ਜਾ ਰਹੇ ਹੋ। ਦੇਖੋ ਆ ਰਿਪੋਰਟ। ਪੰਜਾਬੀ ਸਿਨੇਮਾ 'ਚ ਸੌਂਗ ਦੇ ਨਾਮ ਤੋਂ ਮੂਵੀ ਦਾ ਟ੍ਰੈਂਡ ਜਿਹਾ ਚੱਲ ਪਿਆ ਹੈ ਅਤੇ ਇੱਕ ਹੋਰ ਪੰਜਾਬੀ ਸੌਂਗ ਲਾਟੂ ਦੇ ਨਾਮ ਤੋਂ ਮੂਵੀ ਲਾਟੂ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਜਿਸ ਰਾਹੀਂ ਦਰਸ਼ਕਾਂ ਨੂੰ ਲੋਟਪੋਟ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਕਿਉਂ ਗੱਜਣਾ ਗੱਡ ਤਾਂ ਨਾ ਖੜਾ ਹੀ ਧਰਤੀ 'ਚ। ਜੀ ਹਾਂ, ਇਸ ਮੂਵੀ 'ਚ ਤੁਹਾਨੂੰ ਕਾਮੇਡੀ ਦੇਖਣ ਨੂੰ ਮਿਲੇਗੀ ਤੇ ਕਾਮੇਡੀ ਦੇ ਨਾਲ ਨਾਲ ਕਬੀਲਦਾਰੀ ਤੇ ਫੈਮਿਲੀ ਸਟੇਟਸ ਦੀ ਗੱਲ ਵੀ ਹੋਵੇਗੀ। ਸ਼ੋਰ ਦੇ ਵਿਆਹ ਬਾਰੇ ਸੋਚ। ਓ ਪੁੱਤ ਵੀ ਵਿਆਹਾਂਗੇ, ਪਰ ਵਿਆਹਾਂਗੇ ਉਸ ਘਰ 'ਚ ਜਿੱਥੇ ਸਾਹਮਣੇ ਵਾਲਾ ਵੀ ਬਰਾਬਰ ਦੀ ਮੁੱਛ ਵਾਲਾ ਹੋਵੇ। ਦੇਖ ਲੈ ਭਰਾਵਾ, ਤੇਰਾ ਪਾਪਾ ਕਿਤੇ ਨੂੰ ਵੀ ਮੁੱਛਾਂ ਵਾਲੀ ਨਾ ਲੈ ਆਵੇ। ਫਿਲਮ ਵਿੱਚ ਜੇਕਰ ਫਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤੇ ਪੰਜਾਬੀ ਸਿੰਗਰ ਗਗਨ ਕੋਕਰੀ ਨਾਲ ਅਦਿਤੀ ਸ਼ਰਮਾ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ ਤੇ ਨਾਲ ਹੀ ਕਾਮੇਡੀ ਕਿੰਗ ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਫਿਲਮ ਵਿੱਚ ਚਾਰ ਚੰਦ ਲਾਉਂਦੇ ਨਜ਼ਰ ਆਉਣਗੇ। ਮੁੱਛ ਦੇ ਮੁਕਾਬਲੇ ਕਰਨ ਲਈ ਆਸ਼ੀਸ਼ ਦੁੱਗਲ ਤੇ ਸਰਦਾਰ ਸੋਹੀ ਆਹਮਣੋ ਸਾਹਮਣੀ ਹੋਣਗੇ ਤੇ ਪਿੰਡ ਵਿੱਚ ਬਿਜਲੀ ਲਗਾਉਣ ਦੇ ਤੇ ਵਿਆਹ ਦੇ ਆਸ ਪਾਸ ਸਾਰੀ ਕਹਾਣੀ ਘੁੰਮਦੀ ਹੋਈ ਨਜ਼ਰ ਆਵੇਗੀ। ਜਲਾਓ ਇਹਨੂੰ ਲਾਟੂ ਕਹਿੰਦੇ ਨੇ ਤੇ ਇੱਜ਼ਤ ਮਾਣਾ ਚੀਜ਼ਾਂ ਨਾਲ ਹੁੰਦੀ ਹੈ, ਆ ਮੁੱਛਾਂ ਨਾਲ ਹੀ ਹੁੰਦੀ। ਆ ਸਾਰੇ ਬੰਦੇ ਬੈਠੇ ਇੱਥੇ, ਇਹਨਾਂ ਸਾਹਮਣੇ ਜ਼ੁਬਾਨ ਕਰ ਲੋ। ਜੇ ਮੈਂ 3 ਮਹੀਨਿਆਂ 'ਚ ਆਪਣੇ ਪਿੰਡ ਬਿਜਲੀ ਲਵਾਤੀ ਫਿਰ ਤਾਂ ਰਿਸ਼ਤਾ ਕਰੋਗੇ ਨਾ? ਕਰ ਲੈ ਇਹਦੀ ਗਲਤ ਫਹਿਮੀ ਦੂਰ, ਲਾਲਾ ਜਿਹੜਾ ਜ਼ੋਰ ਲਾਉਣਾ ਹੈ। 3 ਮਹੀਨੇ ਇਸ ਫਿਲਮ ਨੂੰ ਮਾਨਵ ਸ਼ਾਹ ਗਿੱਲ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਤੇ ਫਿਲਮ ਦੇ ਗੀਤਾਂ 'ਚ ਜਤਿੰਦਰ ਸ਼ਾਹ ਦਾ ਮਿਊਜ਼ਿਕ ਸੁਣਾਈ ਦੇਵੇਗਾ। ਹਲੇ ਇਹਨਾਂ ਨੇ ਕਿਹੜਾ ਗੱਜਣ ਸੂ ਵਿਆਹ ਕੇ ਲਾਉਣਾ? ਕੁੜੀਆਂ ਵਿਆਹ ਕੇ ਲਾਉਣੀਆਂ? ਮੇਰੇ ਦਰਸ਼ਨ ਪਾਉਣ ਨੂੰ ਕਾਲਾ ਬਨ ਕੇ ਪਰਨਾ ਡੱਬੀਆਂ ਵਾਲਾ ਨੀ ਬਨ ਕੇ ਇਹਨੂੰ ਕਹਿੰਦੇ ਆ ਮੁੱਛਦਰੋ, ਭੇਜ ਹੀ ਦਿੱਤਾ ਇਹਨਾਂ ਨੇ ਰਿਸ਼ਤਾ। ਲਾਟੂ ਸਿਨੇਮਾ ਘਰਾਂ 'ਚ ਕਿੰਨੀ ਕੁ ਰੋਸ਼ਨੀ ਕਰ ਪਾਉਂਦਾ ਹੈ? ਰਿਪੋਰਟ ਬਾਏ ਵਾਰਨ ਪੋਲੀਵੁੱਡ।